and this virus may never go away. ਕੋਰੋਨਾ ਮਹਾਮਾਰੀ ਨੂੰ ਲੈ ਕੇ ਸਾਰੀ ਦੁਨੀਆ ਦੀਆਂ ਨਜ਼ਰਾਂ WHO ਤੇ ਟਿਕੀਆਂ ਹੋਈਆਂ ਸੀ। ਪਲ-ਪਲ ਦੀ ਖਬਰ, ਪਲ-ਪਲ ਦੀ ਜਾਣਕਾਰੀ, ਹਰ ਇੱਕ ਦੇਸ਼ ਦੇ ਵਿੱਚ ਅੰਕੜੇ ਵਧਣ ਅਤੇ ਮੌਤਾਂ ਦੀ ਗਿਣਤੀ ਦਾ ਵੇਰਵਾ ਵੀ WHO ਤੋਂ ਹੀ ਲਿਆ ਜਾ ਰਿਹਾ ਸੀ। ਇਸ ਦੇ ਵਿੱਚ ਜਦੋਂ ਹੁਣ 2,92,000 ਤੋਂ ਵੀ ਵੱਧ ਲੋਕ ਵਾਇਰਸ ਦੇ ਨਾਲ ਮਰ ਚੁੱਕੇ ਨੇ, ਤਾਂ ਉਸ ਤੋਂ ਬਾਅਦ WHO ਦੇ ਕਾਰਜਕਾਰੀ ਨਿਰਦੇਸ਼ਕ ਨੇ ਖਦਸ਼ਾ ਜ਼ਾਹਿਰ ਕੀਤਾ ਕਿ ਕੋਰੋਨਾ ਸ਼ਾਇਦ ਕਦੇ ਵੀ ਨਾ ਜਾਵੇ। ਜੀ ਹਾਂ, ਮਾਈਕਲ ਜੇ ਰਿਆਨ ਨੇ ਕਿਹਾ ਕਿ ਕਰੋਨਾ ਵੀ ਹਮੇਸ਼ਾ ਲਈ HIV ਵਾਂਗ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ। ਉਹਨਾਂ ਕਿਹਾ ਕਿ ਕਰੋਨਾ ਸ਼ਾਇਦ ਕਦੇ ਵੀ ਨਾ ਜਾਵੇ। ਦੁਨੀਆ ਲਗਾਤਾਰ ਵਿਸ਼ਵ ਮਹਾਂਮਾਰੀ ਕਰੋਨਾ ਦੇ ਤਬਾਹੀ ਤੋਂ ਪਰੇਸ਼ਾਨ ਹੈ ਅਤੇ ਇਸ ਵਾਇਰਸ ਦੇ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ ਅਤੇ ਸੰਕ੍ਰਮਿਤ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਪਰ ਇਹ ਵੀ ਸੱਚ ਹੈ ਕਿ ਹੁਣ ਤੱਕ 13 ਲੱਖ ਤੋਂ ਵੱਧ ਲੋਕਾਂ ਨੇ ਕਰੋਨਾ ਨੂੰ ਮਾਤ ਵੀ ਦਿੱਤੀ ਹੈ। This on the table. This virus may become just another endemic virus in our communities, and this virus may never go away. Countries, as you've seen, are trying to find a path out and a path towards a new normal, as many people have put it, and we're going to be on that pathway for a long, long time. And as we've seen in some countries, even a small recurrence of disease can cause and the need for a serious response in terms of the public health response. ਪਰ ਅਜਿਹੇ ਹਾਲਾਤਾਂ ਦੇ ਵਿੱਚ WHO ਵੱਲੋਂ ਉਹਨਾਂ ਦੇ ਕਾਰਜਕਾਰੀ ਨਿਰਦੇਸ਼ਕ ਵੱਲੋਂ ਖਦਸ਼ਾ ਜ਼ਾਹਿਰ ਕਰਨਾ ਕਿ ਕਰੋਨਾ ਸ਼ਾਇਦ ਕਦੇ ਨਾ ਜਾਵੇ, ਇੱਕ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਉੱਭਰ ਕੇ ਸਾਹਮਣੇ ਆ ਰਿਹਾ। ਬਿਊਰੋ ਰਿਪੋਰਟ, ਸਾਂਝਾ TV।